ਉਧਰੋਂ ਜਗਦੀਸ਼ ਭੋਲੇ ਦੀ ਜ਼ਮੀਨ ਕਹਿੰਦੇ ਕਿ ਮਾਫੀਆ ਨੇ ਨਹੀਂ ਛੱਡੀ ਵੈਸੇ ਭੂ ਮਾਫੀਆ ਲਈ ਚਰਚੇ ਦਾ ਪਹਿਲਾਂ ਵੀ ਇਮਾਨ ਸਾਹਿਬ ਤਾਂ ਪਹਿਲੀ ਕਿੰਨੇ ਮਾਫੀਆ ਜਣਾ ਦੇ ਨੇ ਨਹੀਂ ਭੂ ਮਾਫੀਆ ਨਹੀਂ ਹੈ ਭੂ ਮਾਫੀਆ ਹੋਰ ਹੁੰਦਾ ਹੈ ਜੀ ਇਹ ਰੇਤਾਂ ਮਾਫੀਆ ਰੇਤ ਮਾਫੀਆ ਸੈਂਡ ਮਾਫੀਆ ਜੀ ਹਾਂ ਜੀ ਤਾਂ ਇਹ ਮਾਫੀਆ ਹੁੰਦਾ ਜਿੱਦਾਂ ਹੁਣ ਲਾਲੋ ਮੇਰੇ ਵਾਂਗੂ ਤੁਹਾਡੇ ਕੋਲ ਵੀ ਕਿਤੇ ਦੋ ਚਾਰ ਕਿੱਲੇ ਕਿਤੇ ਹੋਣਗੇ ਤੇ ਕੋਈ ਆਵੇ ਕਾਗਜ਼ ਜੇ ਲੈ ਕੇ ਸਵੇਰੇ ਉੱਠਿਆ ਸਰ ਕਵੇ ਕਿ ਸਰ ਜਸਪਾਲ ਜੀ ਬਾਹਰ ਹੋ ਜੋ ਜੁਲੀ ਬਿਸਤਰਾ ਚੁੱਕੇ ਹੈ ਏ ਜਮੀਨ ਮੇਰੇ ਕੋਲ ਹੈ ਤੇ ਤੁਸੀਂ ਕਹੋ ਕਿ ਨਹੀਂ 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 ਮੈਂ ਤੇ ਕਦੋਂ ਵੇਚੀ ਮੈਂ ਕਦੋਂ ਰਜਿਸਟਰੀ ਕਰਾਈ ਹੈ ਤੇ ਉਹ ਕਹੇ ਪਿੱਛੇ ਦੇਖ ਲੋ ਪਿੱਛੇ ਮੇਰਾ ਸਾਰਾ ਆਮਲਾ ਫੈਲਾ ਖਲੋਤਾ ਤੇ ਉਹਨਾਂ ਦੇ ਹੱਥਾਂ 'ਚ ਕਿਸੇ ਦੇ ਰਾਈਫਲ ਹੋਵੇ ਕਿਸੇ ਦੇ ਟਕਵਾ ਹੋਵੇ ਉਹ ਹੁੰਦਾ ਪੂ ਮਾਫੀਆ ਮਤਲਬ ਮੈਂ ਭੁੱਲਣਾ ਵੀ ਤੁਸੀਂ ਮਿਸਾਲ ਹੀ ਇਦਾਂ ਨਹੀਂ ਦਿੱਤੀ ਨਹੀਂ ਨਹੀਂ ਉਹ ਹੀ ਹੈ ਨਾ ਉਹ ਮਾਫੀਆ ਤੇ ਇਹ ਆ ਕਿ ਜਿੰਨੇ ਨਕਲੀ ਕਾਗਜ਼ ਵੀ ਬਣਾ ਲੈਣੇ ਆ ਜੀ ਤੇ ਨਕਲੀ ਕਾਗਜ਼ ਬਣਾਉਣ ਤੋਂ ਬਾਅਦ ਉਹਨੇ ਦੂਜਾ ਬੰਦੋ ਬਸਤ ਵੀ ਰੱਖਣਾ ਕਿ ਬਾਹਰ ਹੋ ਜਾ ਜੀ ਤੇ ਕਈ ਵਾਰੋਂ ਪੈਸੇ ਵੀ ਦੇ ਦਿੰਦੇ ਐ ਵੀ ਥੋੜੇ ਘਾਣੇ ਲੈ ਕੇ ਤੇ ਨਿਕਲਦਾ ਹੋ ਜਾ ਜਿਹੜੀ ਉਹ ਡਿਸਪਿਊਟਡ ਪ੍ਰਾਪਰਟੀ ਆ ਹਾਂਜੀ ਤੂੰ ਬਹਿ ਜਾ ਮਤਲਬ ਕਿ ਜਾ ਕੇ ਟਰਮੇ ਨਾਲ ਪਤਲੀ ਗਲੀ ਥਣੀ ਦੌੜ ਜਾ ਮਟਰ ਪਨੀਰ ਛੱਡ ਜਾ ਜੀ ਤੇ ਅਗਲੇ ਕਈ ਵਾਰ ਕਹਿੰਦੇ ਆ ਕਿ ਉਹਨਾਂ ਨੇ ਬਹੁਤਾ ਜਾਂਦਾ ਵੇਖੀ ਥੋੜਾ ਦਈਏ ਰੋੜ ਤੇ ਕਈ ਵਾਰ ਉਲਟੋ ਜਾਂਦਾ ਕਿ ਹੁਣ ਜਿਹੜਾ ਥੋੜਾ ਮਿਲਦਾ ਕਿ ਤੇ ਇਹਦੇ ਤੂੰ ਵੀ ਜਾਂਦੇ ਨਾਲ ਲੱਗੀ ਜੀ ਜੇ ਥੋੜਾ ਕਲ ਕਾ ਡਾ ਲੰਦਾ ਜੀ 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 ਤਾਂ ਆਪਾਂ ਗੱਲ ਕਰ ਰਹੇ ਸੀ ਮਿੰਟੂ ਜੀ ਕਿ ਮਾਈਨਿੰਗ ਦੀ ਤਾਂ ਵੈਸੇ ਤਾਂ ਬੜਾ ਕੰਮ ਚੱਲ ਰਿਹਾ ਪਿਛਲੇ ਦਿਨਾਂ 'ਚ ਖਬਰਾਂ ਵੀ ਆ ਮਾਈਨਿੰਗ ਨਹੀਂ ਤਾਂ ਮੰਤਰੀ ਤਾਂ ਇੱਕ ਬਦਲਾ ਲੱਤੇ ਹੋਏ ਸੀ ਭੋਲੇ ਨੇ ਵੈਸੇ ਅੱਗੇ ਵੀ ਮੈਂ ਤੁਹਾਨੂੰ ਦੱਸਿਆ ਨਾ ਜਗਦੀਸ਼ ਭੋਲੇ ਬਾਰੇ ਜਦੋਂ ਮੈਂ ਸੋਚਦਾ ਦੇਖਦਾ ਨਾ ਕਿ ਬੰਦਾ ਯਾਰ ਚਲੋ ਹਣਾ ਪਤਾ ਨਹੀਂ ਕੀ ਬੰਦੇ ਦੇ ਮਾਈਂਡ 'ਚ ਚੱਲਦਾ ਹੈ ਕਰਮ ਬੰਦੇ ਦਾ ਜਾਂ ਬੰਦੇ ਦੇ ਫੈਸਲੇ ਜਿਹੜੇ ਆਂਦੇ ਆ ਨਾ ਆਪਾਂ ਕਰਮ ਕਹਿੰਦੇ ਨੇ ਲੱਕ ਨੂੰ ਸ਼ਾਇਦ ਬਹੁਤ ਸਾਰੇ ਬੰਦੇ ਕਹਿੰਦੇ ਕਰਮ ਮੇਰਾ ਏ ਦਸ ਕਿਸਮਤ ਨੂੰ ਕਰ ਕਰਮ ਅਸਲ ਦੇ ਵਿੱਚ ਹੈ ਕਿ ਜਿਹੜਾ ਤੁਹਾਡਾ ਕੀਤਾ ਜਿਹੜੀ ਜਿਹੜੀ ਤੁਹਾਡੀ ਜੋ ਮਤਲਬ ਕਿ ਕੰਮ ਕੀਤੇ ਦੀ ਜਿਹੜੀ ਆ ਫਲ ਕਹ ਲੋ ਕਿ ਰਿਜ਼ਲਟ ਜਿਹੜਾ ਉਹ ਉਹਦੀ ਕਹਾਣੀ ਹੈ ਜੀ ਉਹ ਆ ਕਿ ਕਰਮ ਕਈ ਵਾਰ ਤੁਹਾਡੇ ਜਿਹੜੇ ਆ ਨਾ ਤੁਹਾਨੂੰ ਸਿਖਰ ਤੋਂ ਸਿਫਰ ਤੱਕ ਲੈ ਆਉਂਦੇ ਆ ਜੀ ਇਹ ਸਫਰ ਹੀ ਹੁੰਦਾ ਕੋਈ ਸਿਫਰ ਤੋਂ ਸਿਖਰ ਤੱਕ ਤੇ ਕੋਈ ਸਿਖਰ ਤੋਂ ਸਿਫਰ ਤੱਕ ਆ ਜੀ ਵੈੰਧਿਆ ਵੈੰਦੇ ਹੀ ਹੋ ਗਿਆ ਸਾਰਾ ਕੁਝ ਅੱਛਾ ਵੇਖ ਲਓ ਕਿ ਪ੍ਰਾਪਰਟੀ ਕਿੱਥੋਂ ਤੱਕ ਸੀ ਪਹੁੰਲੇ ਦੀ ਜੀ ਬੰਬਈ ਤੱਕ ਪਹੁੰਚਾ ਕੈਨੇਡਾ ਕਨੁਡਾ ਪਤਾ ਨਹੀਂ ਕਿੱਥੋਂ ਤੱਕ ਯਾਰ ਅੱਜ ਅੱਜ ਜੇਲ੍ਹ ਦਾ ਇੱਕੋ ਕਮਰਾ ਉਹਦੇ ਵਿੱਚ ਸਭ ਕੁਝ ਸਭ ਕੁਝ ਤੋਂ ਭਾਵੇਂ ਕਿ ਪਤਾ ਨਹੀਂ ਕੀ ਅੱਜ ਕੱਲ ਤੁਹਾਨੂੰ ਪਤਾ ਹੈ ਆ ਜਿਹੜੇ ਵਿਜਲਾਈ ਯੰਤਰ ਹੈ ਵੀ ਬਹੁਤ ਚੱਲਦੇ ਆ ਨਾ ਪਤਾ ਨਹੀਂ ਕੀ ਕੁਝ ਜੀ ਉਹ ਇੱਕ ਸਵਾਲੀਆ ਨਿਸ਼ਾਨ ਹੈ ਜੀ ਪਰ ਇੱਕ ਖਬਰ ਹਰਾਨ ਕਰਦੀ ਆ ਅਸਲ ਦੇ ਵਿੱਚ ਤੁਹਾਨੂੰ ਇੱਕ ਨਾਂ ਯਾਦ ਹੋਏਗਾ ਨਿਰੰਜਨ ਸਿੰਘ ਜੀ ਈਡੀ ਵਾਲੇ ਈਡੀ ਵਾਲੇ ਜੀ ਇੱਕ ਦਿਨ ਯਾਦ ਵੀ ਕੀਤਾ ਸੀਗਾ ਜੀ ਕਿਸੇ ਸਿਲਸਿਲੇ 'ਚ ਚਲੋ ਨਿਰੰਜਨ ਸਿੰਘ ਨੇ 2015 'ਚ ਇਹ ਜਿਹੜਾ ਜ਼ਮੀਨ ਦਾ ਟੋਟਾ ਸੀਗਾ ਕੋਈ ਤੇ 6 ਕਿੱਲੇ ਆਂਦਾ ਕੋਈ 8 ਆਂਦਾ ਚਲੋ ਜਿੰਨੇ ਵੀ ਕਿੱਲੇ ਆ ਇਹ ਜਿਹੜਾ ਹੈਗਾ ਉਧਰ ਰੋਪੜ ਸਾਈਡ ਜੀ ਨੰਦਪੁਰ ਸਾਹਿਬ ਵਾਲੇ ਪਾਸੇ ਤੇ ਹਾਂਜੀ ਜੀ ਅਮਲੋਟ ਕੁਛ ਐਸਾ ਸ਼ਾਇਦ ਐਸਾ ਨਾ ਆਇਆ ਜੀ ਉਥੇ ਇਹ ਜ਼ਮੀਨ ਜਿਹੜੀ ਪਈ ਸੀਗੀ ਹੁਣ ਤੁਹਾਨੂੰ ਪਤਾ ਨਾ ਕਿ ਜ਼ਮੀਨਾ ਅਟੈਚ ਕਰ ਦਿੱਤੀਆਂ ਜਾਂਦੀਆਂ ਸਰਕਾਰਾਂ ਕੀ ਆ ਕਿ ਉਹ ਤੁਹਾਨੂੰ ਉਹ ਨੋਟਸ ਚਾ ਲਾ ਕੇ ਡੀਐਸਪੀ ਇੱਕ ਸੈਲਫੀ ਕਰਦਾ ਜਾਂ ਬਾਈਟ ਕਰਦਾ ਤੁਹਾਨੂੰ ਇਹ ਲੱਗਦਾ ਕਿ ਜ਼ਮੀਨ ਜਿਹੜੀ ਆ ਬਸ ਸਰਕਾਰ ਦੇ ਖਜ਼ਾਨੇ ਚ ਜਮਾ ਹੋਗੀ ਐਸਾ ਨਹੀਂ ਹੁੰਦਾ ਜ਼ਮੀਨ ਅਟੈਚ ਕੀਤੀ ਜਾ ਅਟੈਚ ਦਾ ਮਤਲਬ ਕੀ ਹੋ ਗਿਆ ਕਿ ਨਾਲ ਜੋੜ ਦਿੱਤੀ ਗਈ ਭਾਵੇਂ ਕਿ ਕਿਸ ਪ੍ਰਾਪਰਟੀ ਹੋ ਗਈ ਕਿਸ ਪ੍ਰਾਪਰਟੀ ਹੋ ਗਈ ਵੀ ਉਹ ਚਲੋ ਖਰੀਦੋ ਫਰੋਖਤ ਉਹਦੀ ਗਾ ਨਹੀਂ ਹੋ ਸਕਦੀ ਮਤਲਬ ਹੁਣ ਜਿੱਦਾਂ ਕੋਈ ਵਹੀਕਲ ਆ ਉਹ ਤੇ ਚਲੋ ਲੈ ਗਏ ਪਰ ਇਹ ਨਹੀਂ ਹੁੰਦਾ ਕਿ ਉਹ ਪ੍ਰਾਪਰਟੀ ਬਸ ਸਰਕਾਰ ਦੀ ਹੋ ਗਈ ਜਾਂ ਮਤਲਬ ਕਿ ਉੱਥੋਂ ਬੰਦਾ ਨਿਕਲ ਗਿਆ ਕਿਉਂਕਿ ਉਸ ਤੋਂ ਬਾਅਦ ਵੀ ਤਾਂ ਕਾਨੂੰਨੀ ਚਾਰਾ ਜੁਈ ਹੈਗੀ ਹੈ ਨਾ ਜੇ ਬੰਦੇ ਨੂੰ ਲੱਗਦਾ ਕਿ ਯਾਰ ਮੇਰੇ ਨਾਲ ਧੱਕਾ ਹੈ ਪਰ ਇੱਕ ਵਾਰੀ ਉਹ ਇਹੋ ਜੇ ਮਾਮਲੇ 'ਚ बन ਜਾਂਦੀ ਆ ਕਿਸ ਪ੍ਰਾਪਰਟੀ ਕੇ ਸ਼ਾਇਦ ਇਹਨੇ ਇਸੇ ਆਮਦਨ ਦੇ ਨਾਲ ਖਰੀਦੀ ਆ ਤਾਂ ਇਸੇ ਸਿਲਸਿਲੇ ਚ ਈਡੀ ਨੇ ਉਹ ਜ਼ਮੀਨ ਕੀਤੀ ਸੀ ਅਟੈਚ ਹਾਂਜੀ ਦੱਸਦੇ ਆ ਕਿ ਉਹਨਾਂ ਨੇ ਬੋਰਡ ਵਗੈਰਾ ਵੀ ਲਾਇਆ ਸੀ ਹੁਣ ਜਾਂ ਤਾਂ ਈਡੀ ਇਸ ਤਰ੍ਹਾਂ ਦੀ ਅਟੈਚ ਕਰਕੇ ਪ੍ਰਾਪਰਟੀ ਇੱਕ ਤੰਬੂ ਲਾ ਲਿਆ ਆਪਦਾ ਦੋ ਬੰਦੇ ਬਾਅਦ ਉਹ ਤਾਂ ਦੋ ਬੰਦੇ ਬਹਿ ਜਾਵੇ ਕਿ ਇੱਥੇ ਪਤਾ ਨਹੀਂ ਭਰਾਵਾ ਕਦੋਂ ਆ ਕੇ ਤੇ ਟੱਬਾ ਚੱਕ ਦੇਣਾ ਪਹਾੜ ਚੱਕ ਦੇਣਾ ਉਹ ਦਸ਼ਰਤ ਮਾਂਜੀ ਨੇ ਤੇ ਵੇਖ ਲਓ ਕਿੰਨੀ ਮਿਹਨਤ ਕਰਕੇ ਪਹਾੜ ਚੀਰਿਆ ਸੀ ਬਿਹਾਰ ਵਾਲੇ ਜੀ ਇਹ ਰਾਤੋ ਰਾਤ ਹੀ ਚੁੱਕ ਦਿੰਦੇ ਆ ਉਹ ਤੇ ਬਜ਼ੁਰਗ ਮਰ ਗਿਆ ਵਿਚਾਰਾ ਪਹਾੜ چیرਦਾ چیرਦਾ ਇੱਕ ਫਿਰ ਉਹਨੇ ਕੁਝ ਮੀਟਰ ਦਾ ਰਸਤਾ ਬਣਾਇਆ ਲੋਕਾਂ ਨੂੰ ਸੁੱਖ ਹੋਇਆ ਆਪਾ ਨੂੰ ਫਿਲਮ ਤੋਂ ਪਤਾ ਲੱਗਿਆ ਇਹ ਕੀ ਕਰਦੇ ਤੇ ਰਾਤੋ ਰਾਤ ਹੀ ਪਹਾੜ ਖਾ ਜਾਂਦੇ ਨੇ ਪਤਾ ਨਹੀਂ ਇਹਨਾਂ ਦੇ ਢਿੱਡ ਦੇ ਵਿੱਚ ਕਿਹੜੀਆਂ ਮਸ਼ੀਨਾਂ ਫਿੱਟ ਹੋਈਆਂ ਨਹੀਂ ਕਿੰਨੇ ਕੋਈ چیرਣ ਦਾ ਗਾਹ ਨਹੀਂ ਕੋਈ ਕੰਮ ਹੀ ਨਾ ਕਰੇ ਮਤਲਬ ਉਹ ਕਸ਼ਟੀ ਨਾ ਕਰੇ ਮੈਂ ਕਹਿੰਦਾ ਜੀ ਤੇ ਫੱਟਾ ਚੱਕ ਕੰਮ ਕਰਦੇ ਨੇ ਜੀ ਹੁਣ ਉੱਥੋਂ ਦੀ ਸੂਰਤIAL ਇੱਕ ਅਖਬਾਰ ਗਿਆ ਗਰਾਉਂਡ ਜ਼ੀਰੋ ਤੇ ਜੀ ਜਿੱਦੇ ਚ ਆਪਾਂ ਦੋਨੇ ਹੀ ਕੰਮ ਕਰਦੇ ਰਹੇ ਆਂ ਜੀ ਆਪਾਂ ਪਤਾ ਨਾ ਉਹ ਗਰਾਉਂਡ ਜ਼ੀਰੋ ਤੇ ਸਟਿੰਗਰ ਨੂੰ ਕੱਲ ਦਿੰਦੇ ਵਿਜੇ 75 75 ਵੀ ਪਾਣੇ ਹੋਏ ਤੇ ਕੋਈ ਗੱਲ ਨਹੀਂ ਆ ਖਾ ਕੇ ਆ ਜਾਏਗਾ ਜੀ ਅੱਛਾ ਉਸ ਅਖਬਾਰ ਨੇ ਜਾ ਕੇ ਤਾਜ਼ਾ ਫੋਟੋਆਂ ਜੜੀਆਂ ਜਾਰੀ ਕੀਤੀਆਂ ਨੇ ਹੈਰਾਨ ਕੀ ਵਾਲੀ ਗੱਲ ਆ ਫੋਟੋ ਦੇ ਵਿੱਚੋਂ ਜੇ ਅੰਦਾਜ਼ਾ ਲਾਈਏ ਕਿ ਧਰਤੀ ਵਾਲਾ ਤਲ ਉੱਤੇ ਤਾਂ ਪਤਾ ਨਹੀਂ ਕਿੰਨਾ ਕੀ ਸੀਗਾ ਕਿੰਨਾ ਪਟਿਆ ਜਿਹੜਾ ਧਰਤੀ ਵਾਲਾ ਤਲ ਦੀਦਾ ਉਹਦੇ ਤੋਂ ਵੀ ਕਈ ਫੁੱਟ ਟੋਏ ਪਏ ਹੋਏ ਹਾਂ ਜੀ ਤੇ ਉਹਨਾਂ ਨੇ ਇਹ ਦਾਵਾ ਕੀਤਾ ਕਿ 17 ਸਤੰਬਰ ਨੂੰ ਇਹਦੇ ਚ ਐਫ ਆਈ ਆਰ ਵੀ ਦਰਜ ਹੋ ਜਾਂਦੀ ਆ ਪਰ ਬਾਅਦੂ ਦੇ ਇਸ ਦੇ ਤਾਜ਼ਾ ਮਹੀਨੇ ਕੋਈ ਫੇਰ ਮਤਲਬ ਕਿ ਕੋਈ ਯਾਰ ਡਰ ਡੁੱਕ ਰਿਹਾ ਨਹੀਂ ਹੁਣ ਐਸ ਡੀ ਐਮ ਕਹੀ ਜਾਂਦਾ ਜੀ ਮੈਨੂੰ ਨਾਂ ਦਾ ਤਾਂ ਨਹੀਂ ਪਤਾ ਕੇਸ ਸੀਗਾ ਫੇਰ ਉਹ ਜਿਹੜੇ ਹੁੰਦੇ ਨੇ ਮਾਈਨਿੰਗ ਡਿਪਾਰਟਮੈਂਟ ਵਾਲੇ ਮਾਈਨਿੰਗ ਡਿਪਾਰਟਮੈਂਟ ਵਾਲਿਆਂ ਦੀ ਤੇ ਗੱਲ ਛੱਡੋ ਕੁਝ ਮਾਮਲੇ ਚ ਬੜੀ ਸ਼ਾਨਦਾਰ ਡਿਊਟੀ ਕਰਦੇ ਨੇ ਇਹਨਾਂ ਦੇ ਅਫਸਰ ਇੱਕ ਬੀਬੀ ਸੀ ਨਾ ਜਿਹੜੀ ਸ਼ਾਇਦ ਸਿਮਰਜੀਤ ਕੌਰ ਉਹਦੀ ਬੜੀ ਚਰਚਾ ਹੋਈ ਸੀਗੀ ਜੀ ਇੱਥੇ ਧਰਮਕੋਟ ਦੇ ਕੋਲ ਉਹ ਜੀ ਟਿੱਪਰ ਚੱਲ ਰਹੇ ਸਨ ਜੀ ਰਾਤ ਨੂੰ ਸਤਲੁਜ ਦਾ ਪਾਣੀ ਚੜ ਗਿਆ ਜੀ ਮਰ ਚਲੇ ਸੀ ਡੁੱਬ ਚਲੇ ਸੀ ਉਹ ਜਿਵੇਂ ਕਹਿੰਦੇ ਨੇ ਤੇਰੇ ਨੈਣਾ ਵਿੱਚ ਜਾ ਡੁੱਬਿਆ ਸਤ ਪਤਨਾ ਦਾ ਧਰ ਜੀ ਉਹ ਰੇਤੇ ਵਾਲੇ ਜਿਹੜੇ ਤਾਰੂਸੀ ਡੁੱਬ ਚੱਲੇ ਸੀ ਪੁਲਿਸ ਪਈ ਪੁਲਿਸ ਨੇ ਤਰਾਕ ਤਰੂਕ ਸਦੇ ਇੱਕ ਮੁੰਛੀ ਵਾਵਾ ਤਰਾਕੂ ਸੀ ਉਹਨਾਂ ਨੇ ਸਾਰੇ ਕੱਢੇ ਜੀ ਇੱਕ ਉਹਦੇ ਚ ਪਲਟ ਗਿਆ ਚਾਰ ਸੋਮਵਾਰ ਸ਼ਾਮ ਤੱਕ ਖਲੋਤੇ ਸੀ ਪੰਜ ਕੱਢ ਲਏ ਸੀ ਟਿੱਪਰ ਅੱਛਾ ਹਾਲੇ ਐਸਐਸਪੀ ਨੇ ਤੇ ਆਪਣੀ ਕੋਈ ਗੱਲ ਰੱਖਣੀ ਸੀ ਉਦੋਂ ਪਹਿਲਾਂ ਹੀ ਜਿਹੜਾ ਉੱਥੇ ਦਾ ਹੈਗਾ ਸੀ ਨਾ ਐਸਡੀਓ ਮਾਈਨਿੰਗ ਉਹ ਕਹਿੰਦਾ ਜੀ ਇਹ ਤੇ ਵੈਸੇ ਵਿਚਾਰੇ ਤਾਂ ਮਤਲਬ ਉਹਦਾ ਹੀ ਰਾਤ ਨੂੰ ਤੁਰੇ ਫਿਰਦੇ ਜੀ ਮਾਈਨਿੰਗ ਥੋੜੀ ਕਰਦੇ ਮਾਈਨਿੰਗ ਤੇ 5 ਵਜੇ ਤੋਂ ਬਾਅਦ ਸਾਡੀ ਚੱਲਦੀ ਨਹੀਂ ਐਸਐਸਬੀ ਕਹਿੰਦਾ ਲੀਗਲ ਮੈਨਿੰਗ ਵਾਸਤੇ ਉੱਥੇ ਖਲੋਤੇ ਹੋਰ ਉੱਥੇ ਇਹਨਾਂ ਨੇ ਕੀ ਛੜੀ ਛੱਕਾ ਖੇਡਣਾ ਸੀਗਾ ਦੱਸੋ ਉਹਨੇ ਬਚਾ ਗਿਆ ਸੀ ਇਹਨਾਂ ਨੇ ਸਿਕਾਈ ਗਏ ਹਾਂ ਕਮਾਲ ਦੀ ਗੱਲ ਆ ਵੀ ਸਾਡਾ ਮੁੰਸ਼ੀ ਆਪ ਠਰ ਗਿਆ ਹੋਣਾ ਇਹਨੇ ਬੰਦੇ ਕੱਢਦਾ ਕੱਢਦਾ ਹੱਦ ਹੋ ਗਈ ਤੇ ਉਲਟਾ ਤੁਸੀਂ ਇਹ ਆਖਣ ਡੈ ਜੇ ਵੀ ਬੰਦਾ ਪੁੱਛੇ ਪਿਕਨਿਕ ਸਪੌਟ ਆ ਜਿਹਦੇ ਵਿੱਚ ਘੁੰਮਣ ਗਏ ਤੇ ਟਿਪਰਾਂ ਤੇ ਘੁੰਮਣ ਗਏ ਘਰੇ ਇਹਨਾਂ ਦੇ ਕੋਈ ਸਾਈਕਲ ਮੋਟਰਸਾਈਕਲ ਕਾਰ ਟਰੈਕਟਰ ਕੁਛ ਨਹੀਂ ਸੀ ਟਿਪਰ ਲੈ ਕੇ ਘੁੰਮਣ ਜਾਣਾ ਹੱਦ ਹੋ ਗਈ ਤੁਹਾਡੀ ਤੇ ਲੋਕੀ ਕਹਿੰਦੇ ਫਲਾਣੇ ਚੌਂਕ ਦੇ ਵਿੱਚ ਨਾ ਸੀਸੀਟੀਵੀ ਲੱਗੇ ਨੇ ਐਸ.ਡੀ.ਓ. ਸਾਹਿਬ ਕਢਾ ਲੋ ਤੜਕੇ 4 ਵਜੇ ਤੱਕ ਵੀ ਗੁਜ਼ਰਦੇ ਆ ਜੇ 9 ਤੋਂ 5 ਮਾਈਨਿੰਗ ਲੀਗਲ ਹੈ ਤੇ ਬਾਕੀ ਇਲੀਗਲ ਹੈ ਤੇ ਉਹ 5 ਵਜੇ ਖਲਾਰ ਲੈਂਦੇ ਤੇ ਤੜਕੇ 4 ਵਜੇ ਕੱਢਦੇ ਆ ਹਾਦਿਆ ਯਾਰ ਇਹ ਇਹੋ ਜੇ ਡਿਪਾਰਟਮੈਂਟ ਦੇ ਇਹਨਾਂ ਦੇ ਵਰਸ਼ਨ ਨੇ ਸੋ ਕਹਾਣੀ ਇੱਥੇ ਖੜੀ ਆ ਕਿ ਤੁਸੀਂ ਵੇਖੋ ਬਈ ਜਗਦੀਸ਼ ਭੋਲੇ ਦੀ ਜਾਇਦਾਦ ਤੇ ਜਿਹੜੀ ਕਿ ਅਟੈਚ ਹੋਈ ਆ ਕੇਸ ਪ੍ਰੋਪਰਟੀ ਦੇ ਤਹਿਤ ਆ ਉਹਨੂੰ ਵੀ ਛੱਟ ਕੇ